ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਹਰੀਨੋ, ਇਹ ਪਿੰਡ ਕੋਟਕਪੂਰਾ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹੇ ਦਾ ਹੈ। ਕੋਟਕਪੂਰੇ ਤੋਂ ਰਾਮਿਆਣਾ ਅਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ। ਜਿਹੜੇ ਘਰ 'ਚੋਂ ਅੱਜ ਵੀਡੀਓ ਬਣਾ ਰਹੇ ਹਾਂ, ਬਾਈ ਜੀ ਹੋਰੀ ਸ਼ੌਂਕ ਰੱਖਦੇ ਆ ਪਸ਼ੂਆਂ ਦਾ, ਅਤੇ ਇਹਨਾਂ ਕੋਲ ਪਹਿਲਾਂ ਤੋਂ ਹੀ ਨਸਲ ਜਿਹੜੀ ਉਹ ਨੀਲੀ ਰਾਵੀ ਹੈ। ਚਾਰ ਮੱਝਾਂ ਘਰ 'ਚ ਖੜੀਆਂ, ਤੁਸੀਂ ਦੇਖੋ ਚਾਰੇ ਹੀ ਨਸਲ ਨੀਲੀ ਰਾਵੀ ਦੀਆਂ, ਅਤੇ ਮਾਰਕਿੰਗ ਵੀ ਬੜੀ ਸੋਹਣੀ ਹੈ। ਏ ਆਈ ਦੀ ਪ੍ਰੈਕਟਿਸ ਜਿਹੜਾ ਭਰਾ ਇੱਥੇ ਕਰਦਾ ਉਹ ਬਲਜਿੰਦਰ ਵੜੈਂਗ ਹੈ। ਅੱਜ ਦੋ ਮੱਝਾਂ ਇਹਨਾਂ ਨੇ ਵਿਕਾਊ ਕੀਤੀਆਂ, ਜਿਹਦੇ 'ਚ ਇਹ ਮੱਝ ਤਾਂ ਹਜੇ ਸੂਕ ਹੀ ਹਟੀ ਹੈ, ਇਹਦੀ ਜੇਰ ਪੈਣ ਵਾਲੀ ਹੈ। ਇਹਨੇ ਪ੍ਰੋਪਰ ਮਾਰਕਿੰਗ ਵਾਲੇ ਬੂਰੇ ਰੰਗ ਦੇ ਕੱਟੇ ਨੂੰ ਜਨਮ ਦਿੱਤਾ। ਇੱਕ ਝੋਟੀ ਮੀਣੀ ਹੈ, ਨੀਲੀ ਰਾਵੀ 'ਚ ਹੈ, ਮਾਰਕਿੰਗ ਪ੍ਰੋਪਰ ਹੈ, ਪਰ ਮੀਣੀ ਝੋਟੀ ਇਹਨੇ ਜਿਹੜੀ ਕੱਟੀ ਦਿੱਤੀ ਹੈ ਉਹ ਵੀ ਬੜੀ ਸੋਹਣੀ ਹੈ। ਸੋ ਆਪਾਂ ਇਹ ਦੋ ਨਾਗ ਤੁਹਾਨੂੰ ਵਿਕਰੀ ਵਾਲੇ ਦਿਖਾਉਣੇ ਆ। ਦੋ ਮੱਝਾਂ ਵੈਸੇ ਇਹਨਾਂ ਕੋਲ ਤੋਂ ਬਾਅਦ 'ਚ ਘਰੇ ਰੱਖੀਆਂ ਹੋਈਆਂ, ਉਹ ਰਹਿਣਗੀਆਂ। ਸੋ ਲਾਸਟ ਤੱਕ ਵੀਡੀਓ ਦੇਖ ਲਿਓ, ਪਸ਼ੂ ਜਿਹੜਾ ਜਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਆਓ ਡਿਟੇਲ ਪਹਿਲਾਂ ਪੁੱਛ ਗਏ, ਪਹਿਲੇ ਨੰਬਰ 'ਤੇ ਜਿਹੜੀ ਸੂਈ ਮੱਝ ਹੁਣੇ ਤਾਜ਼ੀ, ਇਹਦੀ ਡਿਟੇਲ, ਉਦੋਂ ਬਾਅਦ 'ਚ ਦੂਜੀ ਮੱਝ ਬਾਰੇ ਗੱਲ ਕਰਾਂਗੇ। ਸ਼ੁਰੂ 'ਚ ਇੱਕ ਗੱਲ ਹੋਰ ਐਡ ਕਰ ਦਿੰਦਾ ਵੀ ਜੇ ਕੋਈ ਭਰਾ ਸਿਰਫ ਰੇਟ ਸੁਣਨ ਵਾਸਤੇ ਵੀਡੀਓ ਦੇਖ ਰਿਹਾ ਤਾਂ ਬੇਨਤੀ ਆ ਵੀ ਇਸ ਵੀਡੀਓ 'ਚ ਰੇਟ ਜਿਹੜੇ ਉਹ ਫੋਨ ਦੇ ਉੱਤੇ ਰੱਖੇ ਜਾਣੇ ਆ, ਵੀਡੀਓ ਦੇ ਵਿੱਚ ਰੇਟ ਦੀ ਡਿਮਾਂਡ ਨਹੀਂ ਹੋਊਗੀ। ਸੋ ਕਈ ਵਾਰ ਤੁਸੀਂ ਸਿਰਫ ਇਸ ਪੱਖ ਤੋਂ ਵੀਡੀਓ ਦੇਖਣੀ ਹੁੰਦੀ ਹੈ ਤਾਂ ਉਹ ਭਾਵੇਂ ਸਕਿੱਪ ਕਰ ਦਿਓ। ਜੇ ਜਿਹਨੇ ਪਸ਼ੂ ਖਰੀਦਣਾ ਉਹ ਵੀਡੀਓ ਨੂੰ ਐਂਡ ਤੱਕ ਦੇਖਿਓ, ਅਤੇ ਕਾਲ ਕਰਕੇ ਤੁਸੀਂ ਕਨਫਰਮ ਕਰ ਲਓਗੇ ਰੇਟ ਬਾਰੇ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਭਾਈ। ਆਪਣਾ ਨਾਮ ਦੱਸ ਦਿਓ ਜੀ। ਬਲਵੀਰ ਸਿੰਘ ਖਾਲਸਾ ਜੀ। ਅੰਕਲ ਜੀ ਆਪਾਂ ਮੇਰੇ ਖਿਆਲ 'ਚ 2 ਸਾਲ ਪਹਿਲਾਂ ਵੀਡੀਓ ਬਣਾਈ ਸੀ, ਬੁਰਾ ਕੱਟਾ ਵੇਚਿਆ ਸੀ। ਹਾਂਜੀ ਹਾਂਜੀ। ਅੱਛਾ ਘਰ 'ਚ ਨੀਲੀ ਰਾਵੀ ਕਦੋਂ ਕੁ ਤੋਂ ਹੈ? ਇਹ ਤਾਂ ਕਾਫੀ ਪੁਰਾਣੀ ਹੈ। ਪੁਰਾਣੀ ਹੈ। ਹਾਂਜੀ। ਵੈਸੇ ਆਪਣੇ ਏਰੀਏ 'ਚ ਮੇਰੇ ਖਿਆਲ 'ਚ ਹੋ ਸਕਦਾ ਵੀ ਆਪਣੇ ਪਿੰਡ 'ਚ ਹੀ ਪਹਿਲਾ ਘਰ ਹੋਵੇ ਜਿਹਦੇ ਕੋਲ ਸਾਰੀਆਂ ਨੀਲੀ ਦੀਆਂ ਮੱਝਾਂ ਹੋਣ। ਹਾਂਜੀ ਆਪਣੇ ਪਹਿਲੀਆਂ ਹੀ ਹੈ ਇਹ। ਇਹ ਮੁੰਡਾ ਆਪਣੇ ਨਾਲ, ਉਹਨੇ ਥੋੜਾ ਆਪਾਂ ਤੋਂ ਲੇਟ ਕੀਤਾ ਕੰਮ। ਅੱਛਾ। ਦੋ ਘਰਾਂ 'ਚ ਹੀ ਆਈ ਨੀਲੀ। ਦੋ ਘਰਾਂ 'ਚ। ਹਾਂਜੀ ਠੀਕ ਹੈ। ਅੱਛਾ ਅੱਜ ਆਪਾਂ ਦੋ ਨਾਗ ਵੇਚਣ ਲੱਗੇ ਹਾਂ, ਜਿਹੜੀ ਇਹ ਮੱਝ ਤਾਜ਼ੀ ਸੂਈ ਹੈ, ਕਿੰਨਵਾਂ ਸੂਆ ਸੂਪੀ? ਇਹ ਦੂਜਾ ਸੂਆ ਜੀ। ਦੂਜਾ ਸੂਆ। ਸੂਈ ਨੂੰ ਤਾਂ ਅਜੇ ਮੇਰੇ ਖਿਆਲ 'ਚ ਕੋਈ 15-20 ਮਿੰਟ ਹੀ ਹੋਏ। ਮਸਾਂ ਜੀ 20-25 ਮਿੰਟ ਹੋਏ। ਠੀਕ ਹੈ। ਬੱਚਾ ਇਹਨੇ ਕੱਟਾ ਦਿੱਤਾ ਹੈ? ਕੱਟਾ ਜੀ ਗੋਲਡਨ ਦਾ। ਠੀਕ ਹੈ। ਦੱਸੋ ਗੋਲਡਨ ਬੂਰੇ ਦਾ ਇਹ ਬੱਚਾ ਹੈ, ਅਤੇ ਮੈਂ ਤੁਹਾਨੂੰ ਜ਼ਰੂਰ ਸਟਰਾ ਜਿਹੜੇ ਉਹ ਦਿਖਾ ਦਿੰਦਾ। ਇਹ ਬਲਜਿੰਦਰ ਏ ਆਈ ਜਦੋਂ ਕਰਦਾ ਤਾਂ ਇਸ ਤਰ੍ਹਾਂ ਉਹਦੇ ਕੋਲ ਇੱਕ ਜਿਹੜਾ ਉਹ ਬਣਾਇਆ ਹੋਇਆ ਜਿਹਦੇ 'ਤੇ ਲਿਖ ਕੇ ਸਾਰੀ ਡਿਟੇਲ ਤਰੀਕ ਵੀ ਲਿਖ ਦਿੰਦਾ। ਉਹਦੇ ਨਾਲ ਫਾਇਦਾ ਇਹ ਹੋ ਜਾਂਦਾ ਵੀ ਫਾਰਮਰ ਨੂੰ ਧਿਆਨ 'ਚ ਰੱਖਣਾ ਸੌਖਾ ਹੈ। ਇਹ ਬਲਜਿੰਦਰ ਦਾ ਕਾਰਡ ਹੈ ਦੋਸਤੋ। ਅਤੇ ਹੁਣ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ ਵੀ ਜਿਵੇਂ ਹੁਣ ਦਿਨ ਦਾ ਕੋਈ ਭੁਲੇਖਾ ਨਹੀਂ ਪੈਂਦਾ, ਜਿਵੇਂ 18 ਤਰੀਕ ਦੀ ਏ ਆਈ ਹੋਈ ਵੀ ਹੈ ਅਤੇ ਅੱਜ 17 ਤਰੀਕ ਨੂੰ ਇਸ ਮੱਝ ਨੇ ਬੱਚੇ ਨੂੰ ਜਨਮ ਦਿੱਤਾ, ਪੂਰੇ 10 ਮਹੀਨੇ ਬਾਅਦ। ਸੋ ਗੋਲਡਨ ਬੂਰੇ ਦਾ ਬੱਚਾ, ਇਹਦਾ ਦੁੱਧ ਦਾ ਰਿਕਾਰਡ ਕੀ ਰਿਹਾ ਪਹਿਲੇ ਸਵੇਰੇ? ਇਹਦਾ ਜੀ 11.5 ਕਿਲੋ ਰਿਹਾ, ਪ੍ਰੋਪਰ ਜਿਹੜਾ ਪੀਕ ਲੈਵਲ। ਠੀਕ ਹੈ। ਹੁਣ ਰੇਟ ਤਾਂ ਆਪਾਂ ਫੋਨ 'ਤੇ ਹੀ ਰੱਖ ਲੈਂਦੇ ਜੀ, ਤੋਰ ਦਈਏ ਇਹਨੂੰ ਆਪਾਂ। ਸੋ ਦੱਸੋ ਦੂਜਾ ਸੂਆ ਬਿਲਕੁਲ ਤਾਜ਼ੀ ਸੂਈ ਵੀ ਝੋਟੀ ਤੁਹਾਨੂੰ ਦਿਖਾ ਰਹੇ ਹਾਂ। ਸੋ ਇਹ ਵੀਰ ਜਿਹੜਾ ਪਸ਼ੂ ਤੋਰ ਕੇ ਦਿਖਾ ਰਿਹਾ, ਇਹ ਵੀ ਇੱਥੋਂ ਗਵਾਂਢ ਘਰ ਦੇ ਵਿੱਚੋਂ ਹੈ, ਸ਼ੌਂਕ ਬਾਈ ਨੂੰ ਪਸ਼ੂਆਂ ਦਾ। ਸੋ ਅੰਕਲ ਜੀ ਹੋਰੀ ਜਿਹੜੇ ਇਹਨਾਂ ਦੇ ਬੇਟੇ ਆ ਉਹ ਦੋਨੇ ਫੋਰਨ ਦੇ ਵਿੱਚ ਸੈਟਲ ਹੈ, ਸੋ ਉਹਦੇ ਕਰਕੇ ਭਰਾ ਪਸ਼ੂ ਤੋਰ ਕੇ ਦਿਖਾਊਗਾ। ਕਈ ਵਾਰ ਪਸ਼ੂ ਵੀ ਓਪਰਾ ਮੰਨ ਜਾਂਦਾ ਕਿਸੇ ਬੰਦੇ ਨੂੰ ਜੋ ਤੋਰ ਕੇ ਦੇਖ ਦਿਖਾਉਂਦੇ ਆਪਾਂ ਇਸ ਤਰ੍ਹਾਂ। ਸੋ ਦਰਮਿਆਨੇ ਕੱਦ ਦੀ ਮੱਝ ਹੈ ਦੱਸੋ? ਠੀਕ ਹੈ ਬਾਈ, ਬਹੁਤ ਹੈ, ਬਸ ਮੋੜ ਲਿਓ। ਹਾਈਟ ਮੀਡੀਅਮ ਹੈ, ਮੂਹਰੋਂ ਰੁੱਖ ਪਵਾਨਾ ਜਿਹੜਾ ਹੈਗਾ ਰੁੱਖ ਉਹ ਤੁਸੀਂ ਹੁਣ ਇਹਦਾ ਦੇਖ ਲਓ, ਬੂਰੇ ਰੰਗ ਦੇ ਕੱਟੇ ਨੂੰ ਜਨਮ ਦਿੱਤਾ, ਅਤੇ ਗੋਲਡਨ ਬੂਰਾ ਜਿਹੜਾ ਬਾਈ ਰਣਜੀਤ ਕੋਲ ਆ ਲੌਂਗੋਵਾਲ ਉਹਦਾ ਬੱਚਾ ਦੱਸੋ ਗੋਲਡਨ ਬੂਰੇ ਦਾ। ਅਤੇ ਗੋਲਡਨ ਬੂਰੇ ਬਾਰੇ ਇੱਕ ਗੱਲ ਐਡ ਕਰ ਦਿੰਦਾ ਵੀ ਸੁੱਖ ਚਾਹੀਦੀ ਹੈ,
ਜੇ ਸਬੱਬ ਬਣ ਗਿਆ ਤਾਂ ਬਹੁਤ ਛੇਤੀ ਉਹਦੀ ਇੱਕ ਪਹਿਲਣ ਚਾਰ ਦੰਦ ਝੋਟੀ ਦਿਖਾਵਾਂਗੇ, ਜਿਹੜੀ ਹੁਣ ਕਹਿਣ ਦੀ ਗੱਲ ਹੋਰ ਹੈ ਪਰ ਤੁਹਾਨੂੰ ਲਾਈਵ ਦਿਖਾ ਦਿਆਂਗੇ। ਵੈਸੇ ਦੱਸਦਿਆਂ ਵੀ ਲਗਭਗ 18-19 ਕਿਲੋ ਦੁੱਧ 'ਤੇ ਚੱਲ ਰਹੀ ਹੈ ਚਾਰ ਦੰਦ ਪਹਿਲਣ ਝੋਟੀ ਗੋਲਡਨ ਬੂਰੇ ਦੀ। ਸੋ ਬਾਈ ਰਣਜੀਤ ਕੋਲਾ ਲੌਂਗੋਵਾਲ ਦੇ ਵਿੱਚ ਉਹਦਾ ਬੱਚਾ ਦੱਸੋ, ਇਹ ਪ੍ਰੋਪਰ ਮਾਰਕਿੰਗ ਕੱਟੇ ਦੀ ਤੁਸੀਂ ਉਹ ਦੇਖ ਹੀ ਸਕਦੇ ਹੋ ਕੱਟਾ। ਇਹ ਬੂਰੇ ਰੰਗ ਦਾ ਬਣਨਾ ਕਿਉਂਕਿ ਅਜੇ ਹੁਣੇ ਸੂਈ ਹੈ, ਜੇ ਸੁੱਕੂਗਾ ਤਾਂ ਫਿਰ ਰੰਗ ਤੁਹਾਨੂੰ ਬਰਾਊਨ ਦਿਸੂਗਾ। ਹਵਾਨਾ ਇਹਦਾ ਤੁਸੀਂ ਇਵੇਂ ਦੇਖ ਲਓ, ਥੰਨ ਦਾ ਸਾਈਜ਼ ਦੇਖ ਸਕਦੇ ਹੋ, ਢਾਂਚਾ ਮੱਝ ਦਾ ਜਿਹੜਾ ਉਹ ਆਸੇ ਪਾਸੇ ਨੂੰ ਜਾਂਦੀ ਦਾ ਵੀ ਦੇਖੋਗੇ, ਸੰਭਾਲੀ ਫੁੱਲ ਹੈ। ਬਾਕੀ ਜਿੰਨੀ ਕੁ ਤਿਆਰੀ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਉਹ ਤੁਸੀਂ ਦੇਖ ਲਿਆ। ਇੱਕ ਝੋਟੀ ਦੱਸੋ ਮੀਣੀ ਹੈ ਅੰਕਲ, ਜਿਹੜੀ ਇਹ ਮੀਣੀ ਝੋਟੀ ਹੈ ਇਹ ਕਿੰਨਵਾਂ ਸੂ ਹੈ? ਇਹ ਪਹਿਲਾ ਸੂ ਹੈ ਜੀ। ਪਹਿਲਾ ਸੂਆ, ਇਹਨੂੰ ਕਿੰਨਾ ਚਿਰ ਹੋ ਗਿਆ ਅੱਜ ਸੂਈ ਨੂੰ? ਇਹ 1 ਤਰੀਕ ਦਾ ਜਨਮ ਹੈ ਜੀ ਬੱਚੇ ਦਾ। 1 ਤਰੀਕ ਨੂੰ ਜਾਣੀ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ। ਅੱਜ 17 ਹੈ, 16-17 ਦਿਨ ਹੋ ਗਏ। ਹਾਂਜੀ। ਹੁਣ ਦੁੱਧ ਕਿੰਨਾ ਹੋਊਗਾ? ਹੁਣ 11 ਕਿਲੋ ਦੁੱਧ ਹੈ ਜੀ। ਦੰਦੋਂ ਝੋਟੀ ਦੋਂਦੀ? ਦੋ ਦੰਦ, 11 ਕਿਲੋ ਦੁੱਧ ਤਿਆਰ ਆ, 16-17 ਦਿਨ ਹੈ। ਕੱਟੀ ਨੂੰ ਇਹਨੇ ਜਨਮ ਦਿੱਤਾ ਹੈ ਨਾ? ਹਾਂਜੀ। ਕੱਟੀ ਕੱਟੀ ਹੈਗੀ ਹੈ ਜੀ, ਵਿਰਕ 507, ਵਿਰਕ 570 ਜੀ। ਦੱਸੋ ਅਰਾਈਆਂ ਵਾਲੇ ਪਿੰਡ ਦੇ ਵਿੱਚ ਆ ਵਿਰਕ 570। ਬਾਈ ਕਰਮ ਹੋਰੀ, ਤੁਸੀਂ BFA 'ਚ ਉਹਨਾਂ ਨੂੰ ਦੇਖਦੇ ਹੋਵੋਗੇ, ਉਹਨਾਂ ਕੋਲ ਬੁੱਲ ਹੈ ਵਿਰਕ 570, ਅਰਾਈਆਂ ਵਾਲੇ ਦੇ ਵਿੱਚ ਹੈ। ਉਹਦਾ ਜਿਹੜਾ ਉਹ ਸੀਮਨ ਲੱਗਾ ਸੀਗਾ, ਇਹ ਵੀ ਬਲਜਿੰਦਰ ਨੇ AI ਕੀਤੀ ਸੀ। ਕੱਟੀ ਬਹੁਤ ਸੋਹਣੀ ਆਈ ਹੈ ਝੋਟੀ, ਆਪ ਵੀ ਦੱਸੋ ਮੀਣੀ ਹੈ? ਮੀਣੇ ਬਲੋਚ ਦੀ ਹੈ ਜੀ। ਇਹ ਮੀਣੇ ਬਲੋਚ ਦੀ ਹੈ? ਹਾਂ, ਜਿਹੜਾ ਬਾਈ ਗੁਰਮੀਤ ਤੂਰ ਕੋਲ। ਹਾਂਜੀ। ਸੋ ਦੱਸੋ ਮੀਣੇ ਬਲੋਚ ਦੀ ਝੋਟੀ ਹੈ ਅਤੇ ਲਗਭਗ ਮੀਣੇ ਬਲੋਚ ਵਾਂਗੂ ਹੀ ਚਿਹਰਾ, ਕੁਦਰਤੀ ਮੀਣੀ ਆ ਗਈ। ਵੈਸੇ ਮੀਣੇ ਬਲੋਚ ਦੇ ਬੱਚੇ ਵੀ ਜਿਹੜੇ ਕੁੰਡੇ ਦੇਖੇ ਆ, ਪਰ ਇਹ ਮੀਣੀ ਆ, ਮੀਣੇ ਬਲੋਚ ਵਾਂਗੂ ਹੀ ਹੈ। ਅਤੇ ਇਹ ਕੱਟੀ 570 ਵਿਰਕ ਦੀ, ਸੋ ਆਪਾਂ ਤੋਰ ਕੇ ਝੋਟੀ ਦਿਖਾਉਂਦੇ ਆ, ਰੇਟ ਇਹਦਾ ਵੀ ਫੋਨ 'ਤੇ ਆ। ਦੋਸਤੋ ਮੈਂ ਥੋੜ੍ਹਾ ਜ਼ੂਮ ਕਰਦਾ, ਝੋਟੀ ਨਾ ਮੇਰੇ ਤੋਂ ਡਰਦੀ ਹੈ ਕਿਉਂਕਿ ਬਲਜਿੰਦਰ ਵੀ ਪੱਗ ਬੰਨਦਾ, ਮੇਰੇ ਵੀ ਪੱਗ ਬੱਧੀ ਹੈ ਤਾਂ ਕਈ ਵਾਰ ਪਸ਼ੂ ਡਾਕਟਰ ਹੀ ਸਮਝ ਲੈਂਦਾ। ਤੋਰਦੇ ਬਾਈ ਥੋੜ੍ਹੀ ਅੱਗੇ ਨੂੰ ਲਈ ਚੱਲ ਖੇਲ ਵੱਲ ਨੂੰ, ਬੜਾ ਸੋਹਣਾ ਹਵਾਨਾ ਦੱਸੋ। ਬਾਕੀ ਆ ਕੇ ਦੇਖਿਓ ਝੋਟੀ, ਜਿਹੜਾ ਭਰਾ ਪਸੰਦ ਕਰੇ ਖਰੀਦਣੀ ਤਾਂ ਉਹਨੇ ਹੈ। ਲੰਬਾਈ ਲੰਬੂਈ ਬੜੀ ਚੰਗੀ ਹੈ, ਮਾਰਕਿੰਗ ਬਹੁਤ ਸੋਹਣੀ ਹੈ, ਥੰਨ ਦਾ ਸਾਈਜ਼ ਚੰਗਾ। ਬਾ ਉਹ ਖੇਲ ਵੱਲ ਨੂੰ ਲੈ ਚੱਲ, ਉੱਧਰ ਲੈ, ਹਾਂ ਪਾਣੀ 'ਤੇ ਲੈ ਜਾ ਤੁਸੀਂ ਅੰਕਲ, ਪਾਸੇ ਰਿਹੋ ਜੇ ਮਾੜਾ। ਸੋ ਦੱਸੋ ਮੈਂ ਜ਼ੂਮ ਕੀਤਾ, ਹਵਾਨਾ ਚੌਰਸ ਆ ਬਿਲਕੁਲ ਝੋਟੀ ਦਾ, ਬਹੁਤ ਸੋਹਣਾ ਥਣ ਦਾ ਸਾਈਜ਼, ਅਗਲੇ ਥਣ ਵੀ ਸੋਹਣੇ ਆ, ਪਿਛਲਾ ਥਣ ਵੀ ਚੰਗਾ। ਸੋ ਦੱਸੋ ਬੱਚਾ ਨਾਲ ਤੋਰਦੇ ਹਾਂ ਆਪਾਂ ਝੋਟੀ ਦੇ, ਵੈਸੇ ਤਾਂ ਉਹ ਐਡੀ ਕੋਈ ਗੱਲ ਨਹੀਂ ਹੁੰਦੀ, ਇਹ ਪਸ਼ੂਆਂ ਨੇ ਤੋਰ ਹੀ ਪੈਣਾ ਹੁੰਦਾ। ਸੋ ਬੱਚੇ ਨਾਲ ਥੋੜ੍ਹਾ ਜਿਹਾ ਪਸ਼ੂ ਜ਼ਿਆਦਾ ਦਿਲ ਆ ਜਾਂਦਾ। ਬਹੁਤ ਸੋਹਣੀ ਮਾਰਕਿੰਗ ਦੱਸੋ ਝੋਟੀ ਦੀ, ਫਿਕਸ ਜਿਹਾ ਹਵਾਨਾ, ਸੋਹਣਾ ਹਵਾਨਾ। ਸੋ ਦੱਸੋ ਜੇ ਆਸੇ ਪਾਸੇ ਨੂੰ ਜਾਂਦੀ ਨੇ ਹਵਾਨਾ ਦਿਖਾ ਲਿਆ ਤਾਂ ਜ਼ਰੂਰ ਦਿਖਾ ਦੂੰਗਾ, ਥੋੜ੍ਹਾ ਜਿਹਾ ਮੇਰੇ ਤੋਂ ਘਬਰਾਉਂਦੀ ਹੈ ਝੋਟੀ, ਹੁਣ ਸਾਈਡ ਨੂੰ ਜਾਊਗੀ ਇਹ, ਤਾਂ ਤੁਸੀਂ ਜ਼ਰੂਰ ਹਵਾਨਾ ਦੇਖ ਲਿਓ ਜੀ। ਸੋ ਇਹ ਮੀਣੇ ਬਲੋਚ ਦੀ ਧੀ ਹੈ ਦੱਸੋ, ਅਤੇ ਇਹਨੇ ਵਿਰਕ 570 ਦੇ ਬੱਚੇ ਨੂੰ ਜਨਮ ਦਿੱਤਾ, ਟੇਢੇ ਕੱਟ ਵਾਲੀ ਕੱਟੀ। ਕੱਟੀ ਦੀ ਵੀ ਮਾਰਕਿੰਗ ਜਿਹੜੀ ਆ ਜੇ ਪਿਛਲੇ ਪੈਰ ਤਾਂ ਕਲੀਅਰ ਹੀ ਦੱਸਦੇ ਆ, ਅਗਲਿਆਂ ਦੇ ਉੱਤੇ ਵੀ ਸ਼ਾਇਦ ਥੋੜ੍ਹਾ ਥੋੜ੍ਹਾ ਥਾਂ ਵਾਈਟ ਹੋਵੇ, ਉਹ ਚੀਜ਼ ਤੁਸੀਂ ਆ ਕੇ ਦੇਖਿਓ। ਅੱਜ ਦੀ ਵੀਡੀਓ ਦੇ ਫਿਲਹਾਲ ਇਹ ਦੋ ਪਸ਼ੂ ਵਿਕਾਊ ਸੀ ਜਿਹਦੇ 'ਚ ਇਹ ਝੋਟੀ, ਅਤੇ ਇਹ ਤੋਂ ਬਿਨਾਂ ਇੱਕ ਬਿਲਕੁਲ ਤਾਜ਼ੀ ਸੂਈ ਮੱਝ, ਇਹਦੀ ਜੇਰ ਹਜੇ ਪੈਣ ਵਾਲੀ ਹੈ, ਅਤੇ ਇਹ ਹੈਗੀ ਹੈ ਜਿਹਨੇ ਇਹਨੇ ਬੱਚਾ ਦਿੱਤਾ ਉਹ ਗੋਲਡਨ ਬੂਰੇ ਦਾ ਬੱਚਾ ਕੱਟਾ। ਸੋ ਅੱਜ ਦੀ ਵੀਡੀਓ ਦੇ ਇਹ ਦੋ ਪਸ਼ੂ ਇਹਨਾਂ ਕੋਲ ਵਿਕਰੀ ਵਾਲੇ ਸੀਗੇ, ਘਰੇਲੂ ਪਸ਼ੂ ਪਾਲਕ ਹੈ, ਰੇਟ ਤਾਂ ਹੀ ਫੋਨ 'ਤੇ ਹੈ ਕਿਉਂਕਿ ਜੇ ਡਿਮਾਂਡ ਵੱਧ ਹੋ ਗਈ ਤਾਂ ਫਿਰ ਫਾਰਮਰ ਵੀਰਾਂ ਨੂੰ ਔਖਾ ਹੋ ਜੂਗਾ ਸੌਦਾ ਕਰਨਾ, ਅਤੇ ਜੇ ਡਿਮਾਂਡ ਘੱਟ ਹੋ ਜਾਂਦੀ ਹੈ ਤਾਂ ਜਿਹਨੇ ਮਿਹਨਤ ਕੀਤੀ ਹੈ ਉਹਨੂੰ ਦੁੱਖ ਲੱਗਦਾ ਵੀ ਮੈਥੋਂ ਆਪਦੀ ਚੀਜ਼ ਦਾ ਮੁੱਲ ਨਹੀਂ ਮੰਗਿਆ ਗਿਆ। ਸੋ ਫਿਲਹਾਲ ਇਹ ਦੋ ਪਸ਼ੂ ਫੋਰ ਸੇਲ,
ਧੰਨਵਾਦ।